ਸੁਖਵਿੰਦਰ ਸਿੰਘ ਮਾਨ ਆਈ ਪੀ ਐਸ ਆਫਿਸਰ ਹੈ, ਉਹਨਾਂ ਨੂੰ ਅਪੁਆਇੰਟ ਕਰਤਾ ਸੀਗਾ। ਪਰ ਉਹਨਾਂ ਨੇ ਕੀ ਕੀਤਾ ਵੀ ਇੱਕ ਝੂਠਾ ਐਫੀਡੇਵਿਟ ਏ ਡੀ ਜੀ ਪੀ ਸਾਹਿਬ ਵੱਲੋਂ ਫਾਈਲ ਕਰ ਦਿੱਤਾ ਗਿਆ ਵੀ ਇਸ ਤਰ੍ਹਾਂ ਦੀ ਕੋਈ ਕੁੱਟਮਾਰ ਨਹੀਂ ਹੋਈ। ਇਨਕੁਆਇਰੀ ਜਿਹੜੀ ਕੀਤੀ ਗਈ ਔਨ ਦਾ ਬੇਸਿਸ ਆਫ ਐਫ ਜਿਹੜੀ ਇਨਕੁਆਇਰੀ ਕੀਤੀ ਗਈ, ਹਰਜਿੰਦਰ ਸਿੰਘ ਮਾਨ ਜੀ ਨੇ ਜਿਹੜਾ ਸੁਖਵਿੰਦਰ ਸਿੰਘ ਮਾਨ ਜੀ ਨੇ ਸੋਰੀ ਜਿਹੜਾ ਦਿੱਤਾ ਆਪਣੀ ਰਿਪੋਰਟ ਦਿੱਤੀ ਉਹਦੇ ਵਿੱਚ ਕਹਿ ਤਾ ਵੀ ਇਸ ਤਰ੍ਹਾਂ ਦੀ ਕੋਈ ਵੀ ਕੁੱਟਮਾਰ ਨਹੀਂ ਹੋਈ। ਇਹਦੇ ਵਿੱਚ ਸਾਡੇ ਕੋਲ ਇੱਕ ਪੈਨ ਡਰਾਈਵ ਸੀ ਜਿਹਦੇ ਵਿੱਚ ਰਿਕਾਰਡਿੰਗ ਸੀ, ਔਰ ਹੈਰਾਨੀ ਵਾਲੀ ਗੱਲ ਆ ਉਹ ਸਾਨੂੰ ਸਪਲਾਈ ਵੀ ਉਹਨਾਂ ਨੇ ਕੀਤੀ ਸੀ ਪ੍ਰੋਸੀਕਿਊਸ਼ਨ ਨੇ। ਉਹਦੇ ਵਿੱਚ ਸਾਫ਼ ਦਿਖ ਰਿਹਾ ਸੀਗਾ ਵੀ ਉਹ ਕੁੱਟਮਾਰ ਕਰ ਰਹੇ ਨੇ। ਅਸੀਂ ਫਿਰ ਹਾਈ ਕੋਰਟ ਦੇ ਵਿੱਚ ਪਲੀ ਲਈ 8/11/23 ਨੂੰ 8/12/23 ਨੂੰ ਸੋਰੀ ਵੀ ਇਹ ਝੂਠਾ ਐਫੀਡੇਵਿਟ ਆ ਜੀ। ਜੱਜ ਸਾਹਿਬ ਦੇ ਅੱਗੇ ਅਸੀਂ ਵੀਡੀਓ ਪਲੇਅ ਕੀਤੀ, ਉਹਦੇ ਵਿੱਚ ਪਲੇਅ ਦੇ ਵਿੱਚ ਉਹਨਾਂ ਨੇ ਜੱਜ ਸਾਹਿਬ ਨੇ ਨੋਟਿਸ ਕੀਤਾ ਵੀ ਇਹ ਕੁੱਟਮਾਰ ਹੁੰਦੀ ਸਾਫ਼ ਦਿਖ ਰਹੀ ਹੈ, ਤੁਸੀਂ ਕਿੰਨਾ ਬੇਸਿਸ 'ਤੇ ਕਿਹਾ। ਫਿਰ ਉਹਨਾਂ ਨੇ ਏ ਡੀ ਜੀ ਪੀ ਸਾਹਿਬ ਨੂੰ ਅੱਜ ਕੀਤਾ, ਏ ਡੀ ਜੀ ਪੀ ਸਾਹਿਬ ਅਤੇ ਡੀ ਆਈ ਜੀ ਸਾਹਿਬ ਇਨ ਪਰਸਨ ਪੇਸ਼ ਹੋਏ ਅਤੇ ਉਹਨਾਂ ਨੇ ਆਪਣਾ ਅਨਕੰਡੀਸ਼ਨਲ ਅਪੋਲੋਜੀ ਟੈਂਡਰ ਕੀਤੀ ਸੀਗੀ। ਅਨਕੰਡੀਸ਼ਨਲ ਅਪੋਲੋਜੀ ਪਰ ਕੋਰਟ ਨੇ ਅਸੈਪਟ ਨਹੀਂ ਕੀਤੀ, ਓਨੇਬਲ ਜਸਟਿਸ ਨੇ, ਅਤੇ ਉਹਨਾਂ ਨੂੰ ਨੈਕਸਟ ਡੇਟ ਆਫ ਹੇਅਰਿੰਗ ਦੈਟ ਇਜ਼ ਔਨ 21/12/23 ਨੂੰ ਫਿਰ ਪੇਸ਼ ਹੋਣ ਲਈ ਕਿਹਾ ਵਾ ਇਨ ਪਰਸਨ ਦੋਨਾਂ ਨੂੰ, ਅਤੇ ਉਹਨਾਂ ਨੂੰ ਕਿਹਾ ਵੀ ਜੋ ਵੀ ਐਕਸ਼ਨ ਲਉਂਗੇ ਉਹ ਸਾਨੂੰ ਜਲਦੀ ਤੋਂ ਜਲਦੀ ਦੱਸਿਆ ਜਾਵੇ ਨੈਕਸਟ ਬਾਏ ਦਾ ਨੈਕਸਟ ਵੀਕ। ਨਾਲ ਇੱਕ ਹੋਰ ਮੈਟਰ ਉੱਠ ਗਿਆ ਸੀਗਾ, ਜੇਲਜ਼ ਦੇ ਵਿੱਚ ਕੋਈ ਰੈਕਟ ਫੜਿਆ ਗਿਆ ਸੀ, ਡਰੱਗ ਸਪਲਾਈ ਕਰਦੇ ਸੀ, ਉਹਦੇ ਵਿੱਚ ਵੀ ਏ ਡੀ ਜੀ ਪੀ ਸਾਹਿਬ ਦੀ ਕਾਫੀ ਹਾਈ ਕੋਰਟ ਨੇ ਖਿਚਾਈ ਕੀਤੀ ਹੈ। ਤੋ ਦੇਖਦੇ ਹਾਂ 8/12/23 ਨੂੰ ਹੁਣ ਕੀ ਉਹ ਮੈਟਰ ਕਰ। ਅਮਨ ਜੀ, ਕੋਈ ਸਸਪੈਂਸ਼ਨ ਨੂੰ ਲੈ ਕੇ ਵੀ ਕੋਈ ਗੱਲਬਾਤ ਚੱਲੀ ਸੀ, ਸਖਤੀ ਦਿਖਾਈ ਅੱਜ ਟਿੱਪਣੀਆਂ ਕੀਤੀਆਂ ਗਈਆਂ ਜੱਜ ਸਾਹਿਬ ਵੱਲੋਂ ਕਿ ਸੁਪਰਡੈਂਟ ਨੇ ਜਿਹੜੇ ਸਹੀ ਕੰਮ ਨਹੀਂ ਕਰ ਰਹੇ, ਸਸਪੈਂਡ ਕਰ ਦੇਣਾ ਜੀ? ਉਹਨਾਂ ਨੇ ਕਿਹਾ ਵਾ ਵੀ ਤੂੰ ਐਕਚੁਅਲੀ ਉਹਨਾਂ ਨੇ ਪੁੱਛਿਆ ਵੀ ਕਿੰਨੀਆਂ ਐਫ ਆਈ ਆਰਸ ਅੱਜ ਤੱਕ ਹੋ ਚੁੱਕੀਆਂ ਸੁਪਰਡੈਂਟ ਜੇਲਜ਼ ਦੇ ਉੱਪਰ ਆਫਿਸ਼ਲਸ ਦੇ ਉੱਪਰ, ਤਾਂ ਉਹਨਾਂ ਨੇ ਕਿਹਾ 853 ਐਫ ਆਈ ਆਰਸ ਹੋ ਚੁੱਕੀਆਂ ਨੇ। ਉਹ ਕਹਿੰਦੇ ਕਿੰਨੇ ਬੰਦਿਆਂ ਨੂੰ ਡਿਸਮਿਸ ਕੀਤਾ, ਓਨਲੀ 1% ਟਿਲ ਡੇਟ ਹੈਜ਼ ਬੀਨ ਸਸਪੈਂਡਡ ਫਰੋਮ ਦਾ ਜੋਬ। ਅਤੇ ਉਹਦੇ 'ਤੇ ਮਾਨਯੋਗ ਆਪਣਾ ਜਸਟਿਸ ਸਾਹਿਬ ਫਿਰ ਗੁੱਸੇ 'ਚ ਆਏ ਅਤੇ ਉਹਨਾਂ ਨੇ ਕਿਹਾ ਵੀ ਵਟ ਇਜ਼ ਗੋਇੰਗ ਔਨ ਇਨ ਦਾ ਪੰਜਾਬ। ਕੁਛ ਕਮੈਂਟ ਸੀਗੇ ਉਹ ਮੈਂ ਨਹੀਂ ਦੱਸੂੰਗਾ ਜੱਜ ਸਾਹਿਬ ਵੱਲੋਂ ਕੀਤੇ ਗਏ। ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵਾ ਬਈ 2-3 ਆਫਿਸਰਸ ਨੂੰ ਕਿਉਂ ਨਹੀਂ ਤੁਸੀਂ ਸਸਪੈਂਡ ਕੀਤਾ, ਜਿਹੜੇ ਜਿਨ੍ਹਾਂ ਦੇ ਖਿਲਾਫ਼ ਐਕਸ਼ਨ ਅੱਜ ਤੱਕ ਤੁਸੀਂ ਕਹਿ ਰਹੇ ਹੋ ਵੀ ਲੈਣਾ ਸੀਗਾ ਅਸੀਂ। ਉਸੇ ਕੰਸਰਨ ਦੇ ਵਿੱਚ ਹੁਣ ਨੈਕਸਟ ਡੇਟ 'ਤੇ ਦੋਨੋਂ ਕੇਸ ਕਲੱਬ ਹੋ ਗਏ ਨੇ। ਡਰੱਗ ਮੈਟਰ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਜਿਹੜਾ ਰੈਕਟ ਫੜਿਆ ਗਿਆ, ਇਨਸਾਈਡ ਜੇਲ੍ਹ ਪ੍ਰਿੰਸਿਸ ਡਰੱਗਸ ਫੜੀਆਂ ਗਈਆਂ ਸੀ, ਅਤੇ ਹਰਿੰਦਰਪਾਲ ਹਿੰਦਾ ਦੀ ਕੁੱਟਮਾਰ ਦਾ ਜਿਹਦੀ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਕੁੱਟਮਾਰ ਹੋਈ ਸੀਗੀ। ਕੁੱਟਮਾਰ ਮੈਡਮ ਜੇਲ੍ਹ ਆਫਿਸ਼ੀਅਲ ਸੀਗੇ ਇਨ ਦਾ ਪ੍ਰੈਜੈਂਸ ਆਫ ਸੁਪਰਡੈਂਟ ਕੀਤੀ ਗਈ ਸੀਗੀ। ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲੋਂ ਕੁਛ ਇਸ ਤਰ੍ਹਾਂ ਦਾ ਹੀ ਕੰਮ ਕਰਵਾਉਣਾ ਚਾਹੁੰਦੇ ਸੀਗੇ ਬਈ ਤੂੰ ਕਰ, ਨਹੀਂ ਤਾਂ ਅਸੀਂ ਤੈਨੂੰ ਦੱਸਾਂਗੇ। ਉਹਨੇ ਵਿਰੋਧ ਕੀਤਾ ਅਤੇ ਉਹਦੇ ਨਾਲ ਕੁੱਟਮਾਰ ਕੀਤੀ ਗਈ ਸੀ। ਸੁਖਵਿੰਦਰ ਸਿੰਘ ਮਾਨ ਆਈ ਪੀ ਐਸ ਆਫਿਸਰ ਹੈ, ਉਹਨਾਂ ਨੂੰ ਅਪੁਆਇੰਟ ਕਰਤਾ ਸੀਗਾ, ਪਰ ਉਹਨਾਂ ਨੇ ਕੀ ਕੀਤਾ ਵੀ ਇੱਕ ਝੂਠਾ ਐਫੀਡੇਵਿਟ ਏ ਡੀ ਜੀ ਪੀ ਸਾਹਿਬ ਵੱਲੋਂ ਫਾਈਲ ਕਰ ਦਿੱਤਾ ਗਿਆ ਵੀ ਇਸ ਤਰ੍ਹਾਂ ਦੀ ਕੋਈ ਕੁੱਟਮਾਰ ਨਹੀਂ ਹੋਈ। ਇਨਕੁਆਇਰੀ ਜਿਹੜੀ ਕੀਤੀ ਗਈ ਔਨ ਦਾ ਬੇਸਿਸ ਆਫ ਐਫ ਜਿਹੜੀ ਇਨਕੁਆਇਰੀ ਕੀਤੀ ਗਈ, ਹਰਜਿੰਦਰ ਸਿੰਘ ਮਾਨ ਜੀ ਨੇ ਜਿਹੜਾ ਸੁਖਵਿੰਦਰ ਸਿੰਘ ਮਾਨ ਜੀ ਨੇ ਸੋਰੀ ਜਿਹੜਾ ਦਿੱਤਾ ਆਪਣੀ ਰਿਪੋਰਟ ਦਿੱਤੀ ਉਹਦੇ ਵਿੱਚ ਕਹਿ ਤਾ ਵੀ ਇਸ ਤਰ੍ਹਾਂ ਦੀ ਕੋਈ ਵੀ ਕੁੱਟਮਾਰ ਨਹੀਂ ਹੋਈ। ਇਹਦੇ ਵਿੱਚ ਸਾਡੇ ਕੋਲ ਇੱਕ ਪੈਨ ਡਰਾਈਵ ਸੀ ਜਿਹਦੇ ਵਿੱਚ ਰਿਕਾਰਡਿੰਗ ਸੀ, ਔਰ ਹੈਰਾਨੀ ਵਾਲੀ ਗੱਲ ਆ ਉਹ ਸਾਨੂੰ ਸਪਲਾਈ ਵੀ ਉਹਨਾਂ ਨੇ ਕੀਤੀ ਸੀ ਪ੍ਰੋਸੀਕਿਊਸ਼ਨ ਨੇ। ਉਹਦੇ ਵਿੱਚ ਸਾਫ਼ ਦਿਖ ਰਿਹਾ ਸੀਗਾ ਵੀ ਉਹ ਕੁੱਟਮਾਰ ਕਰ ਰਹੇ ਨੇ। ਅਸੀਂ ਫਿਰ ਹਾਈ ਕੋਰਟ ਦੇ ਵਿੱਚ ਪਲੀ ਲਈ 8/11/23 ਨੂੰ 8/12/23 ਨੂੰ ਸੋਰੀ ਵੀ ਇਹ ਝੂਠਾ ਐਫੀਡੇਵਿਟ ਆ ਜੀ। ਜੱਜ ਸਾਹਿਬ ਦੇ ਅੱਗੇ ਅਸੀਂ ਵੀਡੀਓ ਪਲੇਅ ਕੀਤੀ, ਉਹਦੇ ਵਿੱਚ ਪਲੇਅ ਦੇ ਵਿੱਚ ਉਹਨਾਂ ਨੇ ਜੱਜ ਸਾਹਿਬ ਨੇ ਨੋਟਿਸ ਕੀਤਾ ਵੀ ਇਹ ਕੁੱਟਮਾਰ ਹੁੰਦੀ ਸਾਫ਼ ਦਿਖ ਰਹੀ ਹੈ, ਤੁਸੀਂ ਕਿੰਨਾ ਬੇਸਿਸ 'ਤੇ ਕਿਹਾ। ਫਿਰ ਉਹਨਾਂ ਨੇ ਏ ਡੀ ਜੀ ਪੀ ਸਾਹਿਬ ਨੂੰ ਅੱਜ ਕੀਤਾ, ਏ ਡੀ ਜੀ ਪੀ ਸਾਹਿਬ ਅਤੇ ਡੀ ਆਈ ਜੀ ਸਾਹਿਬ ਇਨ ਪਰਸਨ ਪੇਸ਼ ਹੋਏ ਅਤੇ ਉਹਨਾਂ ਨੇ ਆਪਣਾ ਅਨਕੰਡੀਸ਼ਨਲ ਅਪੋਲੋਜੀ ਟੈਂਡਰ ਕੀਤੀ ਸੀਗੀ।
ਅਨਕੰਡੀਸ਼ਨਲ ਅਪੋਲੋਜੀ ਪਰ ਕੋਰਟ ਨੇ ਅਸੈਪਟ ਨਹੀਂ ਕੀਤੀ ਓਨੇਬਲ ਜਸਟਿਸ ਨੇ, ਅਤੇ ਉਹਨਾਂ ਨੂੰ ਨੈਕਸਟ ਡੇਟ ਆਫ ਹੇਅਰਿੰਗ ਦੈਟ ਇਜ਼ ਔਨ 21 December 2023 ਨੂੰ ਫਿਰ ਪੇਸ਼ ਹੋਣ ਲਈ ਕਿਹਾ ਵਾ ਇਨ ਪਰਸਨ ਦੋਨਾਂ ਨੂੰ, ਅਤੇ ਉਹਨਾਂ ਨੂੰ ਕਿਹਾ ਵੀ ਜੋ ਵੀ ਐਕਸ਼ਨ ਲਓਗੇ ਉਹ ਸਾਨੂੰ ਜਲਦੀ ਤੋਂ ਜਲਦੀ ਦੱਸਿਆ ਜਾਵੇ ਨੈਕਸਟ ਬਾਏ ਦਾ ਨੈਕਸਟ ਵੀਕ। ਨਾਲ ਇੱਕ ਹੋਰ ਮੈਟਰ ਉੱਠ ਗਿਆ ਸੀਗਾ, ਜੇਲਸ ਦੇ ਵਿੱਚ ਕੋਈ ਰੈਕਟ ਫੜਿਆ ਗਿਆ ਸੀ, ਡਰੱਗ ਸਪਲਾਈ ਕਰਦੇ ਸੀ, ਉਹਦੇ ਵਿੱਚ ਵੀ ADGP ਸਾਹਿਬ ਦੀ ਕਾਫੀ ਹਾਈ ਕੋਰਟ ਨੇ ਖਿਚਾਈ ਕੀਤੀ ਹੈ। ਤੋ ਦੇਖਦੇ 8-12-23 ਨੂੰ ਹੁਣ ਕੀ ਉਹ ਮੈਟਰ। ਅਮਿਤ ਜੀ, ਕੋਈ ਸਸਪੈਂਸ਼ਨ ਨੂੰ ਲੈ ਕੇ ਵੀ ਕੋਈ ਗੱਲਬਾਤ ਚੱਲੀ ਸੀ, ਸਖਤੀ ਦਿਖਾਈ ਅੱਜ ਟਿੱਪਣੀਆਂ ਕੀਤੀਆਂ ਗਈਆਂ ਜੱਜਾਂ ਵੱਲੋਂ ਕਿ ਸੁਪਰਡੈਂਟ ਨੇ ਜਿਹੜੇ ਸਹੀ ਕੰਮ ਨਹੀਂ ਕਰ ਰਹੇ, ਸਸਪੈਂਡ ਕਰ ਦਿਓ ਉਹਨਾਂ ਨੂੰ? ਜੀ, ਉਹਨਾਂ ਨੇ ਕਿਹਾ ਵਾ ਵੀ ਤੂੰ ਐਕਚੁਅਲੀ ਉਹਨਾਂ ਨੇ ਪੁੱਛਿਆ ਵੀ ਕਿੰਨੀਆਂ FIRs ਅੱਜ ਤੱਕ ਹੋ ਚੁੱਕੀਆਂ ਸੁਪਰਡੈਂਟ ਜੇਲਸ ਦੇ ਉੱਪਰ, ਆਫੀਸ਼ਲਸ ਦੇ ਉੱਪਰ, ਤਾਂ ਉਹਨਾਂ ਨੇ ਕਿਹਾ 853 FIRs ਹੋ ਚੁੱਕੀਆਂ ਨੇ। ਉਹ ਕਹਿੰਦੇ ਕਿੰਨੇ ਬੰਦਿਆਂ ਨੂੰ ਡਿਸਮਿਸ ਕੀਤਾ, ਓਨਲੀ 1% ਟਿਲ ਡੇਟ ਹੈਜ਼ ਬੀਨ ਸਸਪੈਂਡਡ ਫਰੋਮ ਦਾ ਜੋਬ। ਅਤੇ ਉਹਦੇ 'ਤੇ ਮਾਨਯੋਗ ਆਪਣਾ ਜਸਟਿਸ ਸਾਹਿਬ ਫਿਰ ਗੁੱਸੇ 'ਚ ਆਏ, ਅਤੇ ਉਹਨਾਂ ਨੇ ਕਿਹਾ ਵੀ ਵਟ ਇਜ਼ ਗੋਇੰਗ ਔਨ ਇਨ ਦਾ ਪੰਜਾਬ। ਕੁਛ ਕਮੈਂਟ ਸੀਗੇ ਉਹ ਮੈਂ ਨਹੀਂ ਦੱਸੂੰਗਾ ਜੱਜ ਸਾਹਿਬ ਵੱਲੋਂ ਕੀਤੇ ਗਏ, ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵਾ ਬਈ 2-3 ਆਫੀਸਰਸ ਨੂੰ ਕਿਉਂ ਨਹੀਂ ਤੁਸੀਂ ਸਸਪੈਂਡ ਕੀਤਾ, ਜਿਹੜੇ ਜਿਨ੍ਹਾਂ ਦੇ ਖਿਲਾਫ ਐਕਸ਼ਨ ਅੱਜ ਤੱਕ ਤੁਸੀਂ ਕਹਿ ਰਹੇ ਹੋ ਵੀ ਲੈਣਾ ਸੀਗਾ ਸੀ। ਉਸੇ ਕੰਸਰਨ ਦੇ ਵਿੱਚ ਹੁਣ ਨੈਕਸਟ ਡੇਟ 'ਤੇ ਦੋਨੋਂ ਕੇਸ ਕਲੱਬ ਹੋ ਗਏ ਨੇ। ਡਰੱਗ ਮੈਟਰ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਜਿਹੜਾ ਰੈਕਟ ਫੜਿਆ ਗਿਆ, ਇਨਸਾਈਡ ਜੇਲ੍ਹ ਪ੍ਰਿੰਸਿਸ ਡਰੱਗਸ ਫੜੀਆਂ ਗਈਆਂ ਸੀ, ਅਤੇ ਹਰਿੰਦਰਪਾਲ ਹਿੰਦਾ ਦੀ ਕੁੱਟਮਾਰ ਦਾ ਜਿਹਦੀ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਕੁੱਟਮਾਰ ਹੋਈ ਸੀਗੀ। ਕੁੱਟਮਾਰ ਮੈਡਮ ਜੇਲ੍ਹ ਆਫੀਸ਼ੀਅਲ ਸੀਗੇ ਇਨ ਦਾ ਪ੍ਰੈਜੈਂਸ ਆਫ ਸੁਪਰਡੈਂਟ ਕੀਤੀ ਗਈ ਸੀਗੀ। ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲੋਂ ਕੁਛ ਇਸ ਤਰ੍ਹਾਂ ਦਾ ਹੀ ਕੰਮ ਕਰਵਾਉਣਾ ਚਾਹੁੰਦੇ ਸੀਗੇ ਬਈ ਤੂੰ ਕਰ, ਨਹੀਂ ਤਾਂ ਅਸੀਂ ਤੈਨੂੰ ਦੱਸਾਂਗੇ। ਉਹਨੇ ਵਿਰੋਧ ਕੀਤਾ ਅਤੇ ਉਹਦੇ ਨਾਲ ਕੁੱਟਮਾਰ ਕੀਤੀ ਗਈ ਸੀ।